ਪਿਛਲੇ ਦਿਨੀ 16 ਅਪ੍ਰੈਲ ਨੂੰ ਡਾਟਾ ਵਿੰਡ ਕੰਪਨੀ GT ਰੋਡ ਅੰਮ੍ਰਿਤਸਰ ਤੋਂ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਕੀਮਤੀ ਮੋਬਾਈਲ ਅਤੇ ਲੈਪਟਾਪ ਆਦਿ ਚੋਰੀ ਕਰਨ ਦੇ ਸਬੰਧ 'ਚ ਦਰਜ ਮੁਕੱਦਮੇ ਨੂੰ ਹੱਲ ਕਰਦਿਆਂ ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਦੋਸ਼ੀਆਂ ਸਮੇਤ 1 ਮਹਿਲਾ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 17 ਤਰੀਕ ਨੂੰ ਸਵੇਰੇ ਇਨਫੋਰਮੇਸ਼ਨ ਆਈ ਸੀ ਵੀ ਡਾਟਾ ਵਿੰਡ ਕੰਪਨੀ ਜਿਹੜੀ ਹੈਗੀ ਹੈ GT ਰੋਡ 'ਤੇ ਅਪੋਜਿਟ ਨਿਊ ਅੰਮ੍ਰਿਤਸਰ, ਉੱਥੇ ਜਿਹੜੇ ਚੋਰੀ ਹੋਈ ਹੈ ਉਸ ਸੰਬੰਧ ਦੇ ਵਿੱਚ ਜਾ ਕੇ ਜਦੋਂ ਵੇਖਿਆ ਅਤੇ ਜਿਹਨਾਂ ਦੱਸਿਆ ਵੀ ਚੌਂਕੀਦਾਰ ਨੂੰ ਜਿਹੜਾ ਬਿਠਾ ਕੇ ਅਤੇ ਮੋਬਾਈਲ ਟੈਬ ਅਤੇ ਮੋਬਾਈਲ ਜਿਹੜੇ ਹੈਗੇ ਨੇ ਉਹ ਚੋਰੀ ਹੋਏ ਸੀ। ਜਦੋਂ ਉਸ ਸਮੇਂ 'ਤੇ ਇਹ ਇਨਫੋਰਮੇਸ਼ਨ ਆਈ ਸੀ ਵੀ ਚੋਰੀ ਜਿਹੜੀ ਹੈਗੀ 20-25 ਲੱਖ ਰੁਪਏ ਦੀ ਹੈਗੀ ਹੈ, ਪਰ ਜਦੋਂ ਅਸੀਂ ਪਰਚਾ ਦਰਜ ਕੀਤਾ, ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਦੱਸਿਆ ਅਤੇ ਉਹਦੇ ਵਿੱਚ 38-39 ਜਿਹੜਾ ਮੋਬਾਈਲ ਟੈਬ ਅਤੇ 1 ਜਿਹੜਾ ਹੈਗੇ ਨੇ ਵਿੱਚ ਲੈਪਟਾਪ ਵਗੈਰਾ ਚੋਰੀ ਹੋਣਾ ਪਾਇਆ ਗਿਆ ਸੀ। ਉਸ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜ ਰਜਿਸਟਰ ਕੀਤਾ ਗਿਆ ਸੀ। ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ ਜਿਹੜੀ ਵਾਰਦਾਤ ਹੈਗੀ ਹੈ ਇਸ ਵਿੱਚ 3 ਜਿਹੜੇ ਹੈਗੇ ਨੇ ਲੜਕੇ ਅਤੇ 1 ਇਹਦੇ ਵਿੱਚ ਔਰਤ ਜਿਹੜੀ ਹੈਗੀ ਹੈ ਉਹ ਹੈਗੀ ਹੈ। ਅੱਜ ਇਸ ਦਾ ਜੇ SHO ਸੁਲਤਾਨਪੁਰ ਨੀਰਜ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਇਸ ਵਿੱਚ 3 ਦੋਸ਼ੀਆਂ ਨੂੰ ਅਤੇ 1 ਜਿਹੜੀ ਹੈਗੀ ਲੇਡੀਜ਼ ਨਾਲ ਸਰਬੀਰ ਕੌਰ ਇਹਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਕੋਲੋਂ 38 ਪੀਸ ਜਿਹਦੇ ਵਿੱਚ 7 ਮੋਬਾਈਲ, 23 ਟੈਬ, 1 ਲੈਪਟਾਪ, 4 ਨੋਟਬੁੱਕ ਇਹ ਰਿਕਵਰ ਕੀਤੇ ਜਾ ਰਹੇ। ਦੋਸ਼ੀ ਇੱਥੋਂ ਦੇ ਲੋਕਲ